ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਖੜ ਪਰਮਜੀਤ ਲਾਡਾ ਔਰ ਵੀਰ ਜੀ ਲਾਡਾ ਡਿਸਕਸ਼ਨ ਵਿਦ ਲਾਡੇ ਕੇ ਅੰਦਰ ਥਾਰਾ ਨਿੱਘਾ ਸਵਾਗਤ ਕਰ ਰਿਹਾ। ਅੱਜ ਦੀਆਂ ਬੜੀਆਂ ਖਬਰਾਂ ਲੈ ਕੇ ਆ ਗਿਆ ਵੀਰ, ਇਹ ਫਟਾਫਟ ਸੁਣ ਲਿਓ ਵੀਰ ਅੱਜ ਦੀਆਂ ਬੜੀਆਂ ਖਬਰਾਂ। ਇਹ ਵੀਰ ਕਿਸਾਨਾਂ ਕਹਿਲ ਕੈਪਟਨ ਅਮਰਿੰਦਰ ਨੇ ਇੱਕ ਐਸਾ ਵਾਅਦਾ ਕਰਤਿਆ ਵਿਰੋਧੀਆਂ ਨੂੰ ਔਖਾ ਕਰਤਾ ਵੀਰ, ਵਿਰੋਧੀ ਬੋਲ ਨਹੀਂ ਸਕਦੇ। ਸੰਨੀ ਦਿਓਲ ਕੀ ਬਾਤ ਕਰਾਂ, ਜੋ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਖੜਾ ਕਰਿਆ, ਇਸ ਨੂੰ ਸਰਜੀਕਲ ਸਟ੍ਰਾਈਕ ਬਾਰੇ ਪੁੱਛਿਆ ਕਹਾ ਮੈਨੂੰ ਪਤਾ ਨਹੀਂ। ਹਰ ਵੀਰ ਡੇਰਾ ਸਰਸਾ ਯੋ ਜਿਹੜਾ ਯੋ ਪਿਤਾ ਜੀ ਬੰਦ ਕਰ ਰੱਖਿਆ ਜੇ ਸਰਸੇ ਵਾਲਾ ਦਾ ਸਾਧ, ਇਸਕੇ ਉੱਪਰ ਇਵ ਯੋ ਪ੍ਰਕਾਸ਼ ਬਾਦਲ ਦਾ ਛੋਕਰਾ ਬੋਲਦਾ ਨਹੀਂ, ਉਹ ਚੁੱਪ ਰਹਾ, ਯੋ ਕਿਆ ਚੁੱਪ। ਯੋ ਹੋਰ 5-6 ਖਬਰਾਂ ਥਾਰੇ ਪਾ ਅੱਜ ਕੇ ਫਟਾਫਟ ਲੈ ਕੇ ਆਇਆ ਵੀਰ। ਇਹ ਤੇ ਪਹਿਲਾਂ ਕਿ ਥਾਰਾ ਟਾਈਮ ਖਰਾਬ ਕਰਾਂ ਵੀਰ, ਚੈਨਲ ਕਰ ਦਿਓ ਸਬਸਕ੍ਰਾਈਬ। ਬੜੀ ਖਬਰ, ਇਹ ਕਹਿ ਲਓ ਚੋਣ ਜਾਬਤਾ ਲੱਗ ਰਿਹਾ ਪੰਜਾਬ ਕੇ ਵਿੱਚ ਵਾ। ਜਾਬਤੇ ਕੇ ਵਿੱਚ ਕੈਪਟਨ ਅਮਰਿੰਦਰ ਨੇ ਕੱਲ ਇਹ ਕਹਿ ਲਿਓ ਵੀਰ ਇੱਕ ਬੜਾ ਐਲਾਨ ਕਰਿਆ। ਕੱਲ ਬੜੇ ਐਲਾਨ ਹੋਣ ਤੇ ਬਾਅਦ ਜਿਤਨੀਆਂ ਬੜੀਆਂ ਪਾਰਟੀਆਂ ਪੰਜਾਬ ਦੀਆਂ ਇਹ ਤੋਂ ਪੈਰਾ ਭਾਰ ਹੋ ਕੇ ਬਹਿ ਗਈਆਂ ਵੀ ਉਹ ਰਾਜਾ ਕਿਆ ਕਰ ਰਿਹਾ, ਇਹ ਤਾਂ ਰਾਜਾ ਆਦਰਸ਼ ਇਹ ਚੋਣ ਜਾਬਤੇ ਕੀ ਉਲੰਘਣਾ ਕਰ ਰਿਹਾ। ਔਰ ਵੀਰ ਰਾਜੇ ਨੇ ਐਲਾਨ ਐਸਾ ਕਰਿਆ ਜਿਸ ਨੂੰ ਸੁਣਕਾ ਜ਼ਿਮੀਦਾਰ ਕਿਸਾਨ ਇਹ ਸਾਰੇ ਛਾਲਾ ਮਾਰ ਰਹੇ ਕਹਿ ਚਲੋ ਰਾਜੇ ਨੇ ਇੱਕ ਕੰਮ ਤੋਂ ਚੱਜ ਕਾ ਕਰਿਆ। ਇਹ ਰਾਜੇ ਨੇ ਐਲਾਨ ਕਰਤਿਆ ਔਰ ਵਿਰੋਧੀਆਂ ਦੀ ਦੁਵਿਧਾ ਬਣ ਗਈ। ਰਾਜੇ ਨੇ ਚੋਣ ਜਾਬਤੇ ਦੀ ਉਲੰਘਣਾ ਕਰਾਰ ਕਰਨ ਤੇ ਇਬ ਵਿਰੋਧੀ ਧਿਰ ਵਾਲੇ ਟਾਲਾ ਵੱਟ ਰਹੇ। ਬੇਸ਼ੱਕ ਰਾਜੇ ਨੇ ਐਲਾਨ ਕਰਿਆ ਪਰ ਕਿਸੇ ਦੀ ਜ਼ਰੂਰਤ ਨਹੀਂ ਵੀਰ, ਕੋਈ ਹਿੰਮਤ ਨਹੀਂ ਕਰ ਸਕਦਾ ਵੀ ਜਾ ਕੇ ਵੀ ਚੋਣ ਕਮਿਸ਼ਨ ਨੂੰ ਇਸਕੀ ਸ਼ਿਕਾਇਤ ਕਰਦੇ ਵੀ ਉਹ ਵੀਰ ਕਿਆ ਕਰ ਰਿਹਾ ਦੇਖੋ ਰਾਜੇ। ਇਹ ਵੀ ਪ੍ਰੋਬਲਮ ਵੀ ਉਹ ਖੜੀ ਹੋ ਗਈ ਕੈਪਟਨ ਅਮਰਿੰਦਰ ਨੇ ਪੰਜਾਬ ਕੇ ਵਿੱਚ ਮਾ ਉਹ ਜਿਹੜਾ ਝੋਨਾ ਲਗਾ ਵੀਰ, ਪਹਿਲਾਂ ਪਿਛਲੇ ਸਾਲ ਝੋਨਾ ਲੱਗਿਆ ਤਾਂ 20 ਤਰੀਕ ਨੂੰ ਕੈਪਟਨ ਕਹਿਆ ਤਾਂ 20 ਤਰੀਕ ਤੇ ਪਹਿਲਾਂ ਜੇ ਕੋਈ ਝੋਨਾ ਲਾਵੇਗਾ ਟਰੈਕਟਰ ਟਰਾਲੀ ਚਾਕਾ ਕਾ ਖੇਤਾਂ ਬਾੜ ਦੇਗਾ, ਟਰੈਕਟਰ ਵਾਹ ਦੇਗੇ ਸਾਰਾ ਝੋਨਾ ਥਾਰਾ, ਫਿਰ ਨਾ ਕੱਲ ਨੂੰ ਮੰਨੂਗੇ ਵੀ ਉਹ ਕਿਆ ਕਰਤਿਆ ਕਿਆ ਕਰ। ਕੈਪਟਨ ਕਹਿ ਰਿਹਾ 20 ਤਰੀਕ ਤੋਂ ਪਹਿਲਾਂ ਲਾ ਨਹੀਂ ਸਕਦੇ। ਪਰ ਈਬ ਵੀਰ ਤੁਹਾਨੂੰ ਪਤਾ ਵੀ ਵੋਟਾਂ ਦਾ ਟਾਈਮ, ਈਬ ਕੈਪਟਨ ਅਮਰਿੰਦਰ ਨੇ ਐਲਾਨ ਕਰਤਾ ਕਹਾ ਵੀਰ 20 ਤਰੀਕ ਰਹਿਣ ਦੇ, ਖਤਮ 13 ਲਾ ਲਿਓ ਕੋਈ ਚੱਕਰ ਨਹੀਂ ਕਹਾ, ਜਿਹੜਾ ਰੋਕ ਕੇ ਆਖਾ ਮੈਨੂੰ ਦੱਸੋ, ਕੋਈ ਨਹੀਂ ਕਹਾ ਰੋਕ ਸਕਦਾ ਤੁਹਾਨੂੰ ਕਹਾ, 13 ਤਰੀਕ ਨੂੰ ਲਾਓ ਝੋਨਾ ਕਾ ਜਾ ਕਾ ਬੱਲੇ ਬੱਲੇ ਕਰਾ ਦਿਓ ਕਹਾ। ਔਰ ਇਹ ਤੇ ਬਾਅਦ ਵੀਰ ਜਿਹੜੇ ਵੀ ਉਹ ਮੀਂਹ ਗੈਲ ਪਿੱਛਾ ਬਰ ਵੀ ਗਿਰੀ ਤੀ, ਮੀਂਹ ਗੈਲ ਔਰ ਬਿਜਲੀ ਦੀ ਤਾਰਾਂ ਗੈਲ ਅੱਗ ਲੱਗੀ ਜਿਹੜੀ ਕਣਕ ਨੂੰ ਸੜਕਾਂ ਸਵਾਹ ਹੋ ਗਈ ਤਬਾਹ ਹੋ ਗਈ, ਇਸ ਨੂੰ ਬੜਾ ਮੁਆਵਜ਼ਾ ਦੇਣ ਦੀ ਬਾਤ ਵੀ ਕੈਪਟਨ ਨੇ ਕਰਤੀ ਕਹਾ ਮੁਆਵਜ਼ਾ ਦੇਵਾਂਗਾ ਕਹਾ, ਫਿਕਰ ਨਾ ਕਰੋ ਥੰਮ ਮੈਂ ਦਿਆਂਗਾ ਕਹਾ। ਇਹੋ ਐਲਾਨ ਕਰਤਿਆ ਵੀਰ ਇਸਕੇ ਗੈਲ ਈ ਬਕੈਲੋ ਵੀ ਐਲਾਨ ਕਰਿਆ ਵਿਰੋਧੀ ਪਾਰਟੀ ਵਾਲੇ, ਇਹੋ ਮੰਨਾ ਵੀ ਕੈਪਟਨ ਅਮਰਿੰਦਰ ਇਹੋ ਜਿਹੜਾ ਆਦਰਸ਼ ਚੋਣ ਜਾਬਤੇ ਕੀ ਕਹਿ ਵੀ ਉਲੰਘਣਾ ਕਰ ਰਿਹਾ, ਪਰ ਇਹਦੇ ਬਾਵਜੂਦ ਇਹੋ ਕਹਿ ਲਓ ਵੀ ਇਹੋ ਬਾਤਾਂ ਹੋਣ ਤੇ ਬਾਅਦ ਵੀ ਕਿਸੇ ਪਾਰਟੀ ਦੀ ਹਿੰਮਤ ਨਹੀਂ ਪੈ ਰਹੀ ਵੀ ਚੋਣ ਕਮਿਸ਼ਨ ਪਾ ਜਾ ਕੇ ਇਸ ਬਾਤ ਕੀ ਸ਼ਿਕਾਇਤ ਕਰਦਾ ਵੀ ਇਹੋ ਦੇਖੋ ਜੀ ਕਾਂਗਰਸ ਕਾ ਕੈਪਟਨ ਅਮਰਿੰਦਰ ਚੋਣ ਜਾਬਤੇ ਕੀ ਉਲੰਘਣਾ ਕਰ ਰਿਹਾ, ਇਹੋ ਕਿਉਂ ਨਹੀਂ ਕਰ ਸਕਦੇ ਵੀਰ? ਜੇ ਜਾ ਕੇ ਐਲਾਨ ਕਰੇਂਗੇ ਉੱਥਾ, ਜੇ ਅਕਾਲੀ ਦਲ ਵਾਲੇ ਐਲਾਨ ਕਰੇਂਗੇ, ਇਹੋ ਟਕਸਾਲੀ ਐਲਾਨ ਕਰੇਂਗੇ, ਸੁਖਪਾਲ ਖਹਿਰਾ ਐਲਾਨ ਕਰੇਗਾ, ਆਮ ਆਦਮੀ ਪਾਰਟੀ ਵਾਲੇ ਐਲਾਨ ਕਰੇਂਗੇ, ਫਿਰ ਜ਼ਿਮੀਦਾਰ ਸਾਰੇ ਨੇ ਗੱਲ ਪਾ ਜਾਂਗੇ ਵੀ ਥੰਮ ਮਹਾਰਾ ਚੰਗਾ ਚਾਹੁੰਦੇ ਨਹੀਂ, ਥੰਮ ਨਹੀਂ ਚਾਹੁੰਦੇ ਵੀ ਜ਼ਿਮੀਦਾਰ ਵਿਚਾਰੇ ਕਿਤੇ ਸੁੱਖ ਕਾ ਸਾਹ ਲੈ ਲਾ ਵੀ ਥੰਮ ਆ ਗਏ ਉਹਰਾ ਚੋਣ ਕਮਿਸ਼ਨ ਸ਼ਿਕਾਇਤਾਂ ਕਰਨ। ਇਹਨੇ ਬਹੁਤ ਵਧੀਆ ਸਕੀਮ ਖੇਲੀ ਵੀ ਰੀ, ਕਰ ਕੁਛ ਨਹੀਂ ਸਕਦੇ, ਚੁੱਪ ਕਰਕੇ ਦੇਖੇਂਗੇ। ਔਰ ਇਹੋ ਬੜਾ ਐਲਾਨ ਹੋਣ ਤੋਂ ਬਾਅਦ ਜ਼ਿਮੀਦਾਰ ਖੁਸ਼ ਹੋ ਗਿਆ ਕਿ ਭਾਈ ਕੈਪਟਨ ਨੇ ਚਲੋ ਇੱਕ ਚੰਗਾ ਕੰਮ ਕਰਤਾ। ਇਹ ਪੰਜਾਬ ਦੇ ਵਿੱਚ ਮੈਂ ਕਿਸਾਨਾਂ ਨੇ ਝੋਨੇ ਦੀ ਲਵਾਈ ਪਿਛਲੀ ਵਾਰ ਪਛੇਤੀ ਹੋ ਗਈ ਤੀ ਵੀਰ, ਇਹ ਪਛੇਤਾ ਝੋਨਾ ਲੱਗਿਆ ਇਸਕਾ ਫਿਰ ਨੁਕਸਾਨ ਵੀ ਜ਼ਿਮੀਦਾਰਾਂ 'ਚ ਚੱਕਣਾ ਪਿਆ ਵੀਰ, ਪਛੇਤਾ ਝੋਨਾ ਲੱਗੇ ਇਸਕੀ ਵੀਰ ਇਹ ਝਾੜ ਘੱਟ ਹੋਇਆ ਔਰ ਜ਼ਿਮੀਦਾਰ ਮੰਡੀਆਂ ਵੱਲ ਉਲਟੇ ਰਹੇ ਵੀਰ।
ਹਰ ਪਛੇਤਾ ਲੱਗਿਆ ਫਿਰ ਕਣਕ ਪਛੇਤੀ ਹੋ ਗਈ ਜਾ ਕਾ। ਇਹੋ ਇਸੀ ਕਰਕਾ ਵੀਰ ਇਵ ਕਹਿ ਲਿਓ ਵੀ ਜ਼ਿਮੀਦਾਰਾਂ ਨੂੰ ਸੁੱਖ ਦੇਣ ਵਾਸਤੇ ਕੈਪਟਨ ਅਮਰਿੰਦਰ ਨੇ ਇਹੋ ਐਲਾਨ ਕਰਤਾ। ਆਰ ਇਵ ਵਿਰੋਧੀ ਪਾਰਟੀਆਂ ਵਾਲੇ ਜਿੰਦਾ ਲਾ ਕੇ ਬਹਿ ਗਏ, ਹਰੀਸਨ ਜਿੰਦਾ ਲਾ ਲਿਆ ਸਾਰਿਆਂ ਨੇ ਆਪਣੇ ਮੂੰਹ ਤੇ, ਪਰ ਨਾ ਵੀਰ ਬੋਲਿਓ ਨਾ ਨਹੀਂ ਜ਼ਿਮੀਦਾਰਾਂ ਨੇ ਵੋਟਾਂ ਨਹੀਂ ਪਾਣੀਆਂ। ਈਬ ਤੋਂ ਆਪਾਂ ਕਹਿ ਸਕਾਂ ਵੀ ਉਹ ਜਾਣਕਾ ਤੁਹਾਨੂੰ ਟਕਾ ਰਿਹਾ ਤਾਂ ਕਰਕਾ, ਪਰ ਜੇ ਆਪਾਂ ਚੋਣ ਕਮਿਸ਼ਨ ਪਾ ਗਏ ਫਿਰ ਹੀ ਉਹਨਾਂ ਨੇ ਕਹਿ ਦੇਣਾ ਜੇ ਦੇਖੋ ਕੰਮ ਨਹੀਂ ਤਾਂ ਕੇ ਆਗਾ ਵੀ ਉਹੀ ਨਹੀਂ ਥਾਰਾ ਭਲਾ ਚਾਹੁੰਦਾ। ਇਹ ਫਸ ਗਏ ਵੀਰ ਵਿਚਾਰੇ, ਕਿਆ ਕਰਾਂ, ਰਾਜੇ ਨੇ ਬਹੁਤ ਕਾਇਮ ਸਕੀਮ ਖੇਲੀ ਵੀਰ। ਅਰ ਇਹ ਨਾ ਪ੍ਰਕਾਸ਼ ਬਾਦਲ ਬੋਲ ਸਕਾ, ਨਾ ਹੀ ਸਚੋ ਕਰਾ ਸੁਖਬੀਰ ਬਾਦਲ, ਨਾ ਬੀਬੀ ਹਰਸਿਮਰਤ ਕੌਰ ਬਾਦਲ, ਕੋਈ ਨਹੀਂ ਬੋਲ ਸਕਦੇ ਵੀ, ਚੁੱਪ ਹੋ ਗਏ ਸਾਰੇ, ਕੋਈ ਨਹੀਂ ਬੋਲ ਸਕਦਾ। ਆ ਸੰਨੀ ਦਿਓਲ ਦੀ ਖਬਰ ਨਿਕਲ ਗੁਰਦਾਸਪੁਰ ਤੇ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਰੇ ਮੈਂ ਸਵਾਲ ਪੁੱਛਿਆ। ਆਰਿਓ ਧਰਮਿੰਦਰ ਦਾ ਛੋਕਰਾ ਕਹਿ ਰਿਹਾ ਕਿਹੜੀ ਸਟ੍ਰਾਈਕ, ਇਸ ਸਟ੍ਰਾਈਕ ਹੀ ਨਹੀਂ ਪਤਾ ਦੱਸੋ। ਇਹ ਕੌਮੀ ਸੁਰੱਖਿਆ ਰਾਸ਼ਟਰਵਾਦ ਦੀਆਂ ਗੱਲਾਂ ਕਰਨ ਵਾਲੀ ਉਹ ਭਾਰਤੀ ਜਨਤਾ ਪਾਰਟੀ, ਜਿਹੜੇ ਕਹਾਂ ਆਪਾਂ ਰਾਸ਼ਟਰਵਾਦ ਪਾਰਟੀ, ਕੌਮੀ ਸੁਰੱਖਿਆ ਮਾਰੀ ਸਭ ਤੋਂ ਪਹਿਲ, ਆਪਾਂ ਕਰਾਂ ਕੌਮੀ ਸੁਰੱਖਿਆ। ਇਹ ਪਾਰਟੀ ਭਾਰਤੀ ਜਨਤਾ ਪਾਰਟੀ ਇਸਕੀ ਹਵਾ ਕੱਢ ਕੇ ਰੱਖਦੀ ਸੰਨੀ ਦਿਓਲ ਨਾਲ ਕੇ ਪੱਟਣ ਵਾਲੇ ਨੇ। ਇਹ ਕਹਿ ਲਓ ਵੀਰ ਕਈ ਵਾਰ ਜ਼ੋਰ ਵਾਲਾ ਬੰਦਾ ਨਾ ਜ਼ੋਰ ਕਈ ਕੰਮ ਕਰ ਸਕਦਾ, ਕਈ ਵਾਰ ਦਿਮਾਗ ਨਾਲ ਵੀ ਕੰਮ ਕਰਨਾ ਔਖਾ ਹੋ ਜੇ ਜ਼ੋਰ ਤੋਂ ਕਰਦੇ ਆ ਵੀਰ। ਈਵ ਜਦ ਉੱਥਾ ਕਹਿ ਲਓ ਵੀ ਸੰਨੀ ਦਿਓਲ ਨੂੰ ਇਹ ਇਸਨੇ ਹਵਾ ਕੱਢ ਕੇ ਰੱਖਤੀ ਯਾਰ, ਬਾਲੀਵੁੱਡ ਦਾ ਸਟਾਰ ਸੰਨੀ ਦਿਓਲ, ਇਹ ਕਹਿ ਲਓ ਕਾਂਗਰਸ ਕਾ ਤੋਂ ਪਹਿਲਾਂ ਹੀ ਇਹ ਕਹਿ ਰਿਹਾ ਤਾ ਕਿਆ ਨਾ ਸੁਨੀਲ ਜਾਖੜ ਆ ਵੀਰ ਜੀ ਤੋਂ ਫਿਲਮਾਂ ਦੀ ਬਾਤਾਂ ਪੁੱਛ ਲਿਓਗਾ, ਕਿਹੜਾ ਐਕਟਰ ਕਿਹੜੀ ਐਕਟਰ ਨਹੀਂ ਕਾਇਸ਼ ਨੂੰ ਰਾਜਨੀਤੀ ਕਦੋਂ ਇਹਦੇ ਤੋਂ ਕੁੱਕੜ ਨਹੀਂ ਪਤਾ ਕਿ ਕਿੱਧਰ ਨੂੰ ਰਾਜਨੀਤੀ ਹੋਵਾ ਕਿੱਧਰ ਨੂੰ, ਪਤਾ ਹੀ ਨਹੀਂ ਛੋਕਰੇ ਨੂੰ, ਕਹਾ ਫਿਲਮਾਂ ਬਣਾਉਂਦਾ ਰਿਹਾ ਬੇਚਾਰਾ। ਹਰ ਇਸੀ ਕਰਕੇ ਹੀ ਕਹਿ ਲਿਓ ਵੀਰ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਰੇ ਮਾ ਇਹ ਕਹਿ ਰਿਹਾ ਮੈਨੂੰ ਪਤਾ ਹੀ ਨਹੀਂ, ਗੁਰਦਾਸਪੁਰ ਕੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਤਾ। ਆਰ ਉੱਥਾ ਵੀਰ ਸੰਨੀ ਦਿਓਲ ਤੇ ਇੱਕ ਚੈਨਲ ਦਾ ਪੱਤਰਕਾਰ ਇਸਨੇ ਸਵਾਲ ਪੁੱਛਿਆ ਗਾ, ਜਨਾਬ ਇਹ ਦੱਸੋ ਇਹ ਜਿਹੜਾ ਬਾਲਾਕੋਟ ਏਅਰ ਸਟ੍ਰਾਈਕ ਇਸਕੇ ਗੱਲ ਦੇਸ਼ ਨੂੰ ਫਾਇਦਾ ਹੋਣ ਦਾ ਸਵਾਲ ਪੁੱਛੇ ਵੀ ਦੇਸ਼ ਨੂੰ ਕਿਆ ਫਾਇਦਾ ਹੋਵੇਗਾ, ਕਿਆ ਨੁਕਸਾਨ ਹੋਵੇਗਾ ਸੰਨੀ ਦਿਓਲ ਇਸ ਮੁੱਦੇ ਬਾ, ਕਹਿ ਰਿਹਾ ਵੀਰ ਮੈਨੂੰ ਤਾਂ ਪਤਾ ਨਹੀਂ। ਔਰ ਕਹਿ ਰਿਹਾ ਵੀਰ ਮੈਂ ਤਾਂ ਇਹ ਰਾਜਨੀਤੀ ਦੇ ਵਿੱਚ ਮਨ ਨਵਾਂ ਨਵਾਂ ਆਇਆ ਹਲੇ, ਤਾਂ ਮਾੜਾ ਪੁਰਾਣਾ ਹੋ ਲੈਂਦੇ ਹੋਗਾ ਫਿਰ ਦੱਸਾਂਗਾ ਵੀ ਇਸਕਾ ਕਿਆ ਨੁਕਸਾਨ ਕਿਆ ਫਾਇਦਾ ਹੋਵੇਗਾ, ਵੋਟਾਂ ਪਾਓ ਹਲੇ ਮੈਨੂੰ ਜਿਤਾਓ ਮਾੜਾ। ਔਰ ਵੀਰ ਇਸਕੇ ਗੱਲ ਸੰਨੀ ਦਿਓਲ ਇਸ ਮੁੱਦੇ ਬਾ ਇਹ ਕਹਿ ਲਓ ਵੀ ਅਣਜਾਣਪਣਾ ਦਿਖਾਤੇ ਹੈਗਾ ਵੀ ਮੈਂ ਪਤਾ ਹੀ ਨਹੀਂ, ਕਹਾ ਪਤਾ ਹੀ ਨਹੀਂ, ਮੈਂ ਦੱਸਾਂ ਕਿਆ ਤੁਹਾਨੂੰ ਕਿਸਕਾ ਕਿਆ ਫਾਇਦਾ ਕਿਸਕਾ ਕਿਆ ਨੁਕਸਾਨ, ਹਮ ਬਾਤਾਂ ਮਾਰ ਇਹੋ ਕਹਿ ਲਿਓ ਵੀਰ। ਇਬ ਇਹ ਕਹਿ ਵੀ ਮੈਂ ਹਲੇ ਨਵਾਂ ਇਸ ਰਾਜਨੀਤੀ ਦੇ ਵਿੱਚ ਤਾਂ ਹੀ ਮੈਨੂੰ ਪਤਾ ਨਹੀਂ, ਜੇ ਤਾਂ ਇਸਕਾ ਭਾਪਾ ਹੁੰਦਾ ਨਾਲ ਧਰਵਿੰਦਰ, ਜੈਸ ਕੀ ਬੀਬੀ ਹੁੰਦੀ ਏਮਾ ਮਾਲਣੀ, ਉਹ ਤਾਂ ਦੱਸ ਦਿੰਦੇ ਵੀਰ ਇਹ ਤਾਂ ਪੁਰਾਣੇ ਖਿਲਾੜੀ ਬੀਬੀ, ਉਹ ਸ਼ੁਕਰ ਪਤਾ ਨਹੀਂ ਔਰ ਫਸਾ ਲਿਆ ਪੱਤਰਕਾਰ ਨੇ। ਆਰ ਇਹ ਕਹਿ ਰਿਹਾ ਵੀ ਪਹਿਲਾਂ ਚੋਣ ਜਿੱਤਾਂਗਾ ਕਾ ਫਿਰ ਇਸ ਤਰ੍ਹਾਂ ਦੇ ਮਾਮਲਿਆਂ ਦੀ ਤਫਦੀਸ਼ ਕਰਾਂਗਾ ਆਰਾਮ ਨਾਲ ਬੈਠ ਕੇ, ਇੱਕ ਵਾਰ ਐਮ ਪੀ ਜਿਤਾ ਦਿਓ ਮੈਨੂੰ, ਫਿਰ ਮੈਂ ਬਹਿ ਕੇ ਇਸ ਬਾਤ ਪਰ ਵਿਚਾਰ ਕਰਾਂਗਾ ਵੀ ਇਸਕਾ ਕਿਆ ਫਾਇਦਾ ਹੋ ਸਕਾ ਕਿਆ ਨੁਕਸਾਨ ਹੋ ਸਕਾ, ਇਹ ਕਹਾ ਮੈਂ ਸੋਚਾਂਗਾ ਬੈਠ ਕੇ, ਐਸੀ ਕੋਈ ਬਾਤ ਨਹੀਂ ਕਹਾ, ਆ ਜਾਇਓ ਕਹਾ ਜਦ ਮੈਂ ਜਿੱਤ ਜਾਵਾਂਗਾ ਫਿਰ ਆਇਓ ਮੇਰੇ ਪਾ ਪੁੱਛਣ, ਫਿਰ ਦੱਸਾਂਗਾ ਤੁਹਾਨੂੰ ਕਿਆ ਫਾਇਦਾ ਕਿਆ ਨੁਕਸਾਨ। ਇਹ ਵੀ ਤੋਂ ਕਹਾ ਮੈਂ ਵੋਟਾਂ ਜਿੱਤਣੀਆਂ ਕਹਾ ਤਾਂ ਪਹਿਲਾਂ ਹੀ ਆ ਜਾ ਇਤਨਾ ਕੇ ਸਵਾਲ ਲਿਖਾ ਹੋਗਾ, ਹਰ ਵੀਰ ਉਹ ਕਹਾ ਮੈਨੂੰ ਪਤਾ ਨਹੀਂ, ਅਸੀਂ ਪਿੰਡ ਵਾਲੇ ਵੀ ਆਏ ਤੇ ਕੱਲ ਪਰਸੋਂ ਉੱਥਾ, ਭਾਈ ਉਹ ਤਾਂ ਪਿੰਡ ਵਾ ਨਹੀਂ ਬੜਿਆ ਕਦੇ ਆ ਕੇ ਥਾਰੇ ਗੁਰਦਾਸਪੁਰ ਕਿੱਥਾ ਬੜ ਜਾਵੇ, ਭਾਪਾ ਕਾ ਜ਼ਮੀਨ ਹੈ ਜਿਹੜੀ 1.5 ਕਿੱਲਾ ਵੇਚ ਕਾ ਕਾ ਲੰਘ ਗਿਆ, ਕੋਈ ਫਾਇਦਾ ਨਹੀਂ ਕਹਾ ਇਸ ਨੂੰ ਵੋਟਾਂ ਨਾ ਪਾਇਓ। ਚਲੋ ਖੈਰ ਵੀਰ ਅਗਲਾ ਜ਼ੋਰ ਤੋਂ ਮਾਰਿਆ, ਪਹਿਲਾਂ ਵੀ ਕਹਿ ਰਿਹਾ ਤਾਂ ਕੰਮ ਨੂੰ ਰਾਜਨੀਤੀ ਕਾ ਕਹੋ ਇੱਡੀ ਕਾ ਕੁੱਕੜ ਦੀ ਆਉਂਦਾ ਗਾ ਭਾਈ ਤੂੰ, ਬਸ ਮੋਦੀ ਸਾਹਿਬ ਨੇ ਭੇਜਿਆ ਤਾ ਨਾ ਅਮਿਤ ਸ਼ਾਹ ਨੂੰ ਉੱਥਾ ਗਿਆ ਤਾ, ਅਮਿਤ ਸ਼ਾਹ ਕਰਾ ਵੀ ਦੱਸ ਵੀਰ ਕਿਆ ਕਰਨਾ, ਇਹ ਬਈ ਉਹ ਖੜ ਜਾ ਉੱਥਾ ਖੜ ਜਾ, ਆ ਨਹੀਂ ਦੇਖ ਲਿਓ ਰਜੇਸ਼ ਇਹ ਵਿਨੋਦ ਖੰਨੀ ਘਰ ਵਾਲੀ ਕਹਿ ਰਹੀ ਸੀ ਕਹਾ ਵੀਰ ਤਾਂ ਮੈਨੂੰ ਕਹਿ ਰਹੇ ਕਹਾ ਬੋਟ ਟਿਕਟ ਦੇ ਦੇ, ਮੈਂ ਤਾਂ ਕਹਾ ਬਸ ਤਿਆਰੀ ਕਰਕੇ ਬੈਠੀ ਸੀਗਾ, ਇਹ ਛੋਕਰੇ ਨੇ ਦੇ ਦੀ ਟਿਕਟ, ਚਲੋ ਆਰ ਸਵਰਨ ਸਲਾਰੀਆ ਕਹਿ ਰਿਹਾ ਕਹਾ ਵੀਰ ਮੈਂ ਵੀ ਕਹਾ ਉਰੀ ਖੜਨਾ ਤਾਂ ਕਹਾ ਇਹ ਕਰੇ
ਸੰਨੀ ਨੂੰ ਖੜਾਣਾ ਕਾ, ਚਲੋ ਕੋਈ ਨੀ ਖੜਾ ਦਿਓ ਵੀ। ਆ ਸੁਖਬੀਰ ਬਾਦਲ ਕੀ ਖਬਰ ਨਿਕਲ ਆਈ ਵੀਰ, ਬਾਪੂ ਪ੍ਰਕਾਸ਼ ਬਾਦਲ ਕਾ ਸ਼ੋਅ ਕਰਾ ਸੁਖਬੀਰ ਬਾਦਲ। ਇਹ ਵੀਰ ਡੇਰਾ ਸਿਰਸਾ ਕੇ ਬਾਰੇ ਮੈਂ ਸੁਖਬੀਰ ਬਾਦਲ ਚੁੱਪੀ ਬੈਠ ਜਿੰਦਰਾ ਲਾਇਆ ਵਾ ਮੂੰਹ ਨੂੰ ਵੀਰ, ਸੁਖਬੀਰ ਬਾਦਲ ਬੋਲਦਾ ਨੀ ਕੁਛ, ਖਮੋਸ਼ੀ ਕਹਿ ਲਿਆਏਗੀ ਰੰਗ, ਖਮੋਸ਼ੀ ਚੁੱਪ ਕਰ ਦਿਓ ਕਹਾ ਵੀ ਜਿਸ ਕਾ ਕੋਈ ਇਲਾਜ ਨਹੀਂ ਕਹਾ, ਜਿੱਦਾਂ ਕਹਿੰਦੇ ਨਾ ਗੁੰਨਮਟ ਕਾ ਕੋਈ ਇਲਾਜ ਨਹੀਂ ਹੁੰਦਾ, ਕਹੋ ਗੁੰਨਮਟ ਗੁੰਨਮਾਨ ਕਾ ਬਹਿ ਜਾ ਬਸ, ਸਾਰੇ ਟੱਬਰ ਹੰਭ ਜਾ ਵੀ ਦੱਸ ਤਕਲੀਫ ਬੋਲਦੇ। ਇਹੋ ਕਹਿ ਲਓ ਵੀ ਜਦ ਵੀ ਡੇਰੇ ਕੀ ਬਾਤ ਆਵਾ ਔਰ ਮੂੰਹ ਵਾ ਕਹਾ ਵੀ ਹਰੀ ਸੰਤਾਲਾ ਲਾ ਲਾ, ਜਿੱਦਾਂ ਲਾ ਲਾ ਆਪਣੇ ਮੂੰਹ ਨੂੰ ਕਹਾ। ਔਰ ਸੁਖਬੀਰ ਬਾਦਲ ਡੇਰਾ ਸਿਰਸਾ ਮੁਖੀ ਕੇ ਬਾਰੇ ਮਾਂ, ਇਹ ਪਿਤਾ ਜੀ ਕੇ ਬਾਰੇ ਮੈਂ ਕੁਛ ਨਹੀਂ ਬੋਲਦਾ, ਔਰ ਪਿਤਾ ਜੀ ਕੇ ਬਾਰੇ ਮੈਂ ਕੁਛ ਨਹੀਂ ਬੋਲਿਆ, ਔਰ ਟਾਲਾ ਵੱਟ ਜਾ ਸਰੇਆਮ ਟਾਲਾ ਵੱਟ ਕਾ ਨਿਕਲ ਜਾ। ਔਰ ਵੀਰ ਵਾਹ ਕਹਿ ਰਿਹਾ ਸੁਖਬੀਰ ਬਾਦਲ ਕਾ ਡੇਰਾ ਸਿਰਸੇ ਨੇ ਕਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਸਵਾਂਗ ਰਚਣ ਕੇ ਵਿਰੋਧ ਹੋਇਆ, ਅਦਾਲਤ ਕੇਸ ਕੇ ਬਾਰੇ ਮੈਂ ਕਹਾ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ। ਪੰਜਾਬ ਕਾ ਡਿਪਟੀ ਮੁੱਖ ਮੰਤਰੀ ਕਹਾ ਮੈਨੂੰ ਕਾ ਜਾਣਕਾਰੀ ਹੈ ਨਹੀਂ, ਚਲੋ ਸੰਨੀ ਦਿਓਲ ਉਹ ਕਹਿੰਦਾ ਫਿਰ ਤੂੰ ਮੰਨ ਵੀ ਲੈਂਦੇ ਵੀ ਸੰਨੀ ਦਿਓਲ ਕਰਾ ਵੀਰ ਮੈਂ ਤਾਂ ਨਵਾਂ ਮੈਨੂੰ ਪਤਾ ਨਹੀਂ, ਚਲੋ ਉਸ ਕਾ ਚੱਲ ਜਾ। ਪਰ 10 ਸਾਲ ਰਾਜ ਕਰਕੇ ਗਿਆ ਬਾਪੂ ਪ੍ਰਕਾਸ਼ ਬਾਦਲ ਕਾ ਸ਼ੋਅ ਕਰਾ ਪੰਜਾਬ ਕੇ ਵਿੱਚ ਮਾਂ, ਔਰ ਦੇਖ ਲਿਓ ਬਾਬੇ ਕੇ ਪੋਸਟਰ ਲੱਗੇ ਦੇ ਟਾਇਰਾਂ ਨੂੰ ਅੱਗ ਲਾਈ ਕਰਦੇ ਮੋਟਰਸਾਈਕਲ ਉੱਪਰ, ਜਿਹੜੇ ਮੈਂ ਚੜ੍ਹਦਾ ਹੋਏ ਫੋਟੋਆਂ ਲਾਇਆ ਕਰਤਾ। ਹਰ ਇੱਕ ਸੁਖਬੀਰ ਬਾਦਲ ਕਹਿ ਰਿਹਾ ਕਾ ਇਸਕੀ ਜਾਣਕਾਰੀ ਹੈ ਨਹੀਂ, ਆ ਰਹੀ ਉਹ ਕਹਿੰਦੇ ਵੀ ਸਪਸ਼ਟ ਕਹਾ ਵੀ ਉਹ ਸਪਸ਼ਟ ਵੀ ਡੇਰਾ ਜਿਹੜਾ ਉਹ ਸਿਰਸੇ ਵਾਲਾ ਉਹ ਗੁਰਮੀਤ ਰਾਮ ਰਹੀਮ ਇਹ ਮੁਖੀ ਕੇ ਕੇਸ ਕੇ ਬਾਰੇ ਮੈਂ ਕਹਾ ਉਹਨਾਂ ਨੂੰ ਬਹੁਤੀ ਜਾਣਕਾਰੀ ਹੈ ਨਹੀਂ ਵੀਰ ਵੀ ਕਿਆ ਚੱਲ ਰਿਹਾ, ਮੈਨੂੰ ਪਤਾ ਨਹੀਂ ਕਹਾ, ਇਹ ਪਤਾ ਹੁੰਦਾ ਫਿਰ ਦੱਸ ਦਿੰਦੇ। ਚਲੋ ਇਹ ਵਿਚਾਰਾ ਕਿਆ ਕਰੇ ਅੱਗਾ ਦੇਖ ਲਓ ਵੀ ਵੱਟਾ ਹੈ ਇਹ ਜੇ ਰੌਲਾ ਪੈ ਗਿਆ ਪਹਿਲਾਂ ਹੀ ਉਹ ਤਾਂ ਬੇਅਦਬੀ ਮਾਮਲੇ ਵਿੱਚ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਬਾਤਾਂ ਸੁਣਨੀਆਂ ਆਪਾਂ ਕੱਲ੍ਹ ਉੱਥਾ ਕਹਿ ਰਹੇ ਵੀ ਬੀਬੀ ਵੀ ਗਈ ਸੀ ਹਰਸਿਮਰ ਕੌਰ ਬਾਦਲ ਉੱਥਾ ਇੱਕ 87 ਸਾਲ ਦਾ ਕਾਕਾ ਸਿੰਘ ਇਸਨੇ ਖੜ੍ਹੇ ਉਹ ਸਵਾਲ ਪੁੱਛਿਆ ਕਿ ਵੀ ਆਟਾ ਦਾਲ ਸਕੀਮ ਬੰਦ ਕਰਾ ਤੀ ਕਿਆ ਬਾਤ, ਜਦ ਉਹ ਬਾਤ ਨਿਕਲ ਕਾ ਯਾਰ ਹੈ ਵੀ ਸਿਵਲ ਵਰਦੀ ਮੈਂ ਖੜ੍ਹੇ ਤੇ ਉਹ ਗੰਨਵੇਂ ਚਾਕਾ ਲੈ ਗਏ ਬਾਬੇ ਨੂੰ 87 ਸਾਲ ਵਾਲੇ ਬਾਹਰ ਖੜ੍ਹ ਜਾ ਤੈਨੂੰ ਦੱਸਿਆ ਵੀ ਆਟਾ ਦਾਲ ਬੰਦ ਕੀ ਹੋਇਆ ਤਾਂ ਯਾਰ ਵਿਚਾਰੇ ਕੀ ਪੱਗ ਵੀ ਢਹਿ ਗਈ, ਦੱਸੋ ਯਾਰ ਕਿਆ ਬਣੇਗਾ ਭਾਰਤ ਦਾ। ਅਰ ਕੋਈ ਦੇਖ ਲੈ ਲੀਡਰ ਚਪੀੜਾ ਮਾਰ ਰਿਹਾ ਕੋਈ ਚਪੀੜਾ ਖਾ ਰਿਹਾ, ਦਿੱਲੀ ਦੇ ਵਿੱਚ ਮੈਂ ਕੇਜਰੀਵਾਲ ਚਪੀੜਾ ਖਾਣ ਤੇ ਨਹੀਂ ਅੜਦਾ, ਅਰ ਉੱਥਾ ਬੀਬੀ ਭੱਠਲ ਨੇ ਚਪੇੜ ਸਿੱਟੀ ਆ ਰਾਜਾ ਬੜਿੰਗ ਨੇ ਵੀ 4-5 ਸਿੱਟੀਆਂ ਕੁੱਟੇ ਗਏ ਹੈ। ਅਰ ਵੀ ਉਹ ਕਹਿ ਲਓ ਵੀ ਬੀਬੀ ਬਾਦਲ ਵੀ ਕਹਾ ਉੱਥਾ ਗਈ ਤੀ ਇਹ ਭੁੱਲਰਾਂ ਕੀ ਸੋਸਾਇਟੀ ਕੇ ਵਿੱਚ ਮੈਂ ਉੱਥਾ ਹੀ ਭੁੱਲੂ ਭੁੱਲਰ ਗਰਮ ਹੋ ਗਿਆ ਬੋਲ ਸਵਾਲ ਕਾ ਜਵਾਬ ਦੋ ਜੀ ਉੱਥਾ ਬੀਬੀ ਕਰੀ ਆਏ ਵੋਟਾਂ ਦਾ ਟਾਈਮ ਸਵਾਲਾਂ ਦਾ ਟਾਈਮ ਥੋੜ੍ਹੀ ਕਾ ਉਹ ਟਾਈਮ ਦੇਖ ਲਿਆ ਕਰੋ ਕਾ ਸਵਾਲ ਪੁੱਛਣਾ ਵਾ ਜਿਹੜਾ ਦੇਖੋ ਚੱਕਾ ਸਵਾਲ ਪੁੱਛਣ ਲਾਇਆ। ਇਸੀ ਕਰਕੇ ਵੀਰੀ ਬਾ ਸ਼੍ਰੋਮਣੀ ਅਕਾਲੀ ਦਲ ਕਾ ਜੋ ਪ੍ਰਧਾਨ ਸੁਖਬੀਰ ਬਾਦਲ ਜਿਹੜਾ ਕਹਿ ਰਿਹਾ ਮੈਨੂੰ ਪਤਾ ਹੀ ਨਹੀਂ ਗਾ ਕੁਛ ਦੱਸ, ਚਲੋ ਹੌਲੀ ਹੌਲੀ ਲੱਗ ਜਾਏਗਾ ਪਤਾ ਵੀਰ ਟਾਈਮ ਲਗਾ ਨਾ ਜੋ ਕੇਸ ਲੰਬੇ ਚਲਾ ਵੀਰ। ਚਲੋ ਖੈਰ ਇਹੋ ਅੱਜ ਦੀਆਂ ਬੜੀਆਂ ਖਬਰਾਂ, ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਆ ਜਾਓ ਮਾਰੇ ਚੈਨਲ ਆਜ ਨਿਊਜ਼ ਵਾਲਾ ਕੇ ਉੱਪਰ। ਇਹੋ ਲਾਡੇ ਦਾ ਵਿਆਹ ਥਾਰੇ ਵੱਲ ਲੇਕ ਆ ਰਹੇ ਬਹੁਤ ਬੜੀ ਫਿਲਮ ਜਿਸਕੇ ਵਿੱਚ ਮੈਂ ਬਹੁਤ ਵਧੀਆ ਵਧੀਆ ਗਾਣੇ ਥਾਰੇ ਖਾਤਰ ਪਾਏ ਔਰ ਬਹੁਤ ਵਧੀਆ ਘੈਂਟ ਦਾ ਡਾਇਰੈਕਟਰ ਵੀ ਇਸ ਫਿਲਮਾਂ ਰੱਖੇ ਆਪਾਂ ਨੇ ਔਰ ਆਜ ਨਿਊਜ਼ ਵਾਲਾ ਵੋਸਨ ਪ੍ਰੋਡਕਸ਼ਨ ਵਾਲੇ ਇਹ ਤਿਆਰ ਕਰ ਰਹੇ ਫਿਲਮ ਨੂੰ ਔਰ ਇਹ ਫਿਲਮ ਥਾਰੇ ਘਰਾਂ ਵਾਂ ਥਾਰਾ ਸ਼ਿੰਗਾਰ ਬਣੇਗੀ। ਆਰ ਇਸ ਨੂੰ ਜ਼ਰੂਰ ਦੇਖਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸਾਰਿਆਂ ਵੀਰ ਪਿਆਰ ਭਰੀ ਸਤਿ ਸ਼੍ਰੀ ਅਕਾਲ।